ਮਾਰਚ ਦੇ ਵਿੱਚ ਸੀਮਾ ਹੈਦਰ ਨੇ ਸਚਿਨ ਦੇ ਨਾਲ ਕਾਫੀ ਧੂਮਧਾਮ ਦੇ ਨਾਲ ਦੂਜਾ ਵਿਆਹ ਕੀਤਾ ਸੀ ਅਤੇ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ ਸਨ। ਦਰਅਸਲ ਸੀਮਾ ਦਾ ਦਾਅਵਾ ਹੈ ਕਿ ਉਸਦਾ ਅਤੇ ਸਚਿਨ ਦਾ ਨੇਪਾਲ ਦੇ ਵਿੱਚ ਵਿਆਹ ਹੋਇਆ ਸੀ ਅਤੇ ਪਹਿਲੀ ਵਰ੍ਹੇਗੰਢ 'ਤੇ ਦੋਵਾਂ ਨੇ ਗ੍ਰੇਟਰ ਨੋਇਡਾ ਦੇ ਵਿੱਚ ਦੁਬਾਰਾ ਵਿਆਹ ਕਰਵਾ ਲਿਆ, ਪਰ ਇਹ ਵਿਆਹ ਹੁਣ ਦੋਵਾਂ ਦੇ ਲਈ ਮੁਸੀਬਤ ਬਣਦਾ ਨਜ਼ਰ ਆ ਰਿਹਾ ਹੈ। ਸਿਰਫ ਸੀਮਾ ਅਤੇ ਸਚਿਨ ਹੀ ਨਹੀਂ ਬਲਕਿ ਵਿਆਹ ਕਰਵਾਉਣ ਵਾਲੇ ਪੰਡਿਤ ਜੀ ਅਤੇ ਬਰਾਤੀ ਵੀ ਵੱਡੀ ਮੁਸੀਬਤ ਵਿੱਚ ਫਸ ਸਕਦੇ ਹਨ। ਦਰਅਸਲ ਅਦਾਲਤ ਨੇ ਸਾਰਿਆਂ ਨੂੰ ਸੰਮਨ ਜਾਰੀ ਕਰ ਦਿੱਤੇ ਹਨ। ਸੀਮਾ ਦੇ ਪਾਕਿਸਤਾਨੀ ਪਤੀ ਗੁਲਾਮ ਹੈਦਰ ਦੀ ਪਟੀਸ਼ਨ ਨੂੰ ਸਵੀਕਾਰ ਕਰਦੇ ਹੋਏ ਫੈਮਿਲੀ ਕੋਰਟ ਨੇ ਸੀਮਾ, ਸਚਿਨ, ਵਕੀਲ ਏਪੀ ਸਿੰਘ, ਪੰਡਿਤ ਅਤੇ ਵਿਆਹ ਦੇ ਜਲੂਸ ਨੂੰ ਸੰਮਨ ਜਾਰੀ ਕੀਤੇ ਹਨ। ਦਰਅਸਲ ਗੁਲਾਮ ਨੇ ਆਪਣੇ ਬੱਚਿਆਂ ਨੂੰ ਪਾਕਿਸਤਾਨ ਵਾਪਸ ਲਿਆਉਣ ਦੇ ਲਈ ਕਾਨੂੰਨੀ ਮਦਦ ਲਈ ਹੈ। ਉਸਦਾ ਕੇਸ ਭਾਰਤੀ ਵਕੀਲ ਮੋਮਿਨ ਮਲਿਕ ਲੜ ਰਹੇ ਹਨ। ਮੋਮਿਨ ਨੇ ਇੱਕ ਨਿਊਜ਼ ਚੈਨਲ ਨੂੰ ਦੱਸਿਆ ਕਿ ਸੀਮਾ ਦਾ ਵਿਆਹ ਹੋਣ ਦਾ ਪਤਾ ਹੋਣ ਦੇ ਬਾਵਜੂਦ ਪੰਡਿਤ ਨੇ ਉਸਦਾ ਵਿਆਹ ਕਰਵਾ ਦਿੱਤਾ, ਇਸ ਲਈ ਉਸ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਵਿਆਹ ਦੇ ਵਿੱਚ ਸ਼ਾਮਿਲ ਹੋਣ ਵਾਲੇ ਮਹਿਮਾਨਾਂ ਨੂੰ ਵੀ ਸੰਮਨ ਜਾਰੀ ਕੀਤੇ ਗਏ ਹਨ ਅਤੇ ਹੁਣ ਇਸ ਮਾਮਲੇ ਦੇ ਵਿੱਚ ਸੁਣਵਾਈ 27 ਮਈ ਨੂੰ ਹੋਣੀ ਹੈ। ਪਿਛਲੇ ਮਹੀਨੇ ਸੀਮਾ ਨੂੰ ਉਸਦੇ ਪਾਕਿਸਤਾਨੀ ਪਤੀ ਤੋਂ ਵੱਡਾ ਝਟਕਾ ਲੱਗਾ ਹੈ। ਗੁਲਾਮ ਹੈਦਰ ਨੇ ਸੀਮਾ ਅਤੇ ਸਚਿਨ ਨੂੰ 3-3 ਕਰੋੜ ਰੁਪਏ ਦਾ ਨੋਟਿਸ ਭੇਜਿਆ ਸੀ। ਇਸ ਦੇ ਨਾਲ ਹੀ ਉਸਨੇ ਸੀਮਾ ਦੇ ਵਕੀਲ ਏਪੀ ਸਿੰਘ ਨੂੰ 5 ਕਰੋੜ ਰੁਪਏ ਦਾ ਨੋਟਿਸ ਵੀ ਭੇਜਿਆ। ਉਸਨੇ 1 ਮਹੀਨੇ ਦੇ ਅੰਦਰ ਇਸ ਲਈ ਮੁਆਫ਼ੀ ਮੰਗਣ ਦੇ ਲਈ ਕਿਹਾ ਸੀ ਅਤੇ ਅਜਿਹੇ ਦੇ ਵਿੱਚ ਹੁਣ ਉਸਦੀ ਪਟੀਸ਼ਨ ਸਵੀਕਾਰ ਕਰ ਲਈ ਗਈ ਹੈ ਅਤੇ ਵਕੀਲ ਮੋਮਿਨ ਨੇ ਦੱਸਿਆ ਕਿ ਗੁਲਾਮ ਹੈਦਰ ਕੋਲ ਸੀਮਾ ਦੇ ਖਿਲਾਫ਼ ਪੁਖਤਾ ਸਬੂਤ ਹਨ, ਉਹ ਗਵਾਹੀ ਦੇਣ ਦੇ ਲਈ ਪਾਕਿਸਤਾਨ ਤੋਂ ਭਾਰਤ ਵੀ ਆ ਸਕਦਾ ਹੈ। ਦੱਸ ਦਈਏ ਕਿ ਸੀਮਾ ਹੈਦਰ ਸੋਸ਼ਲ ਮੀਡੀਆ 'ਤੇ ਸਟਾਰ ਬਣ ਚੁੱਕੀ ਹੈ। ਉਸਦੀਆਂ ਵੀਡੀਓਜ਼ 'ਤੇ ਲੱਖਾਂ ਵਿਊਜ਼ ਆਉਣੇ ਸ਼ੁਰੂ ਹੋ ਗਏ ਹਨ ਅਤੇ ਹੁਣ ਉਸਨੇ ਯੂਟਿਊਬ ਤੋਂ ਵੀ ਕਮਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਉਹ ਪੀਐਮ ਮੋਦੀ ਅਤੇ ਸੀਐਮ ਯੋਗੀ ਨੂੰ ਆਪਣੇ ਵੱਡੇ ਭਰਾ ਕਹਿੰਦੀ ਆ ਅਤੇ ਜੈ ਸ਼੍ਰੀ ਰਾਮ ਅਤੇ ਰਾਧੇ ਰਾਧੇ ਦੇ ਨਾਲ ਵੀਡੀਓ ਦੀ ਸ਼ੁਰੂਆਤ ਕਰਦੀ ਹੈ। ਧਿਆਨਯੋਗ ਹੈ ਕਿ ਉਸਨੇ ਭਾਰਤੀ ਨਾਗਰਿਕਤਾ ਦੀ ਮੰਗ ਨੂੰ ਲੈ ਕੇ ਪਟੀਸ਼ਨ ਦਾਇਰ ਕੀਤੀ ਹੈ, ਹਾਲਾਂਕਿ ਹੁਣ ਉਸਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਨੇ। ਕਈ ਜਾਂਚ ਏਜੰਸੀਆਂ ਇਸ ਮਾਮਲੇ ਦੀ ਜਾਂਚ ਦੇ ਵਿੱਚ ਰੁੱਝੀਆਂ ਹੋਈਆਂ ਹਨ। ਬਿਊਰੋ ਰਿਪੋਰਟ, ਐਸਐਮਜੈਡ ਨਿਊਜ਼। ਮਾਰਚ ਦੇ ਵਿੱਚ ਸੀਮਾ ਹੈਦਰ ਨੇ ਸਚਿਨ ਦੇ ਨਾਲ ਕਾਫੀ ਧੂਮਧਾਮ ਦੇ ਨਾਲ ਦੂਜਾ ਵਿਆਹ ਕੀਤਾ ਸੀ ਅਤੇ ਉਸਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ ਸਨ। ਦਰਅਸਲ ਸੀਮਾ ਦਾ ਦਾਅਵਾ ਹੈ ਕਿ ਉਸਦਾ ਅਤੇ ਸਚਿਨ ਦਾ ਨੇਪਾਲ ਦੇ ਵਿੱਚ ਵਿਆਹ ਹੋਇਆ ਸੀ ਅਤੇ ਪਹਿਲੀ ਵਰ੍ਹੇਗੰਢ 'ਤੇ ਦੋਵਾਂ ਨੇ ਗ੍ਰੇਟਰ ਨੋਇਡਾ ਦੇ ਵਿੱਚ ਦੁਬਾਰਾ ਵਿਆਹ ਕਰਵਾ ਲਿਆ, ਪਰ ਇਹ ਵਿਆਹ ਹੁਣ ਦੋਵਾਂ ਦੇ ਲਈ ਮੁਸੀਬਤ ਬਣਦਾ ਨਜ਼ਰ ਆ ਰਿਹਾ ਹੈ। ਸਿਰਫ ਸੀਮਾ ਅਤੇ ਸਚਿਨ ਹੀ ਨਹੀਂ ਬਲਕਿ ਵਿਆਹ ਕਰਵਾਉਣ ਵਾਲੇ ਪੰਡਿਤ ਜੀ ਅਤੇ ਬਰਾਤੀ ਵੀ ਵੱਡੀ ਮੁਸੀਬਤ ਵਿੱਚ ਫਸ ਸਕਦੇ ਹਨ। ਦਰਅਸਲ ਅਦਾਲਤ ਨੇ ਸਾਰਿਆਂ ਨੂੰ ਸੰਮਨ ਜਾਰੀ ਕਰ ਦਿੱਤੇ ਹਨ। ਸੀਮਾ ਦੇ ਪਾਕਿਸਤਾਨੀ ਪਤੀ ਗੁਲਾਮ ਹੈਦਰ ਦੀ ਪਟੀਸ਼ਨ ਨੂੰ ਸਵੀਕਾਰ ਕਰਦੇ ਹੋਏ ਫੈਮਿਲੀ ਕੋਰਟ ਨੇ ਸੀਮਾ, ਸਚਿਨ, ਵਕੀਲ ਏਪੀ ਸਿੰਘ, ਪੰਡਿਤ ਅਤੇ ਵਿਆਹ ਦੇ ਜਲੂਸ ਨੂੰ ਸੰਮਨ ਜਾਰੀ ਕੀਤੇ ਹਨ। ਦਰਅਸਲ ਗੁਲਾਮ ਨੇ ਆਪਣੇ ਬੱਚਿਆਂ ਨੂੰ ਪਾਕਿਸਤਾਨ ਵਾਪਸ ਲਿਆਉਣ ਦੇ ਲਈ ਕਾਨੂੰਨੀ ਮਦਦ ਲਈ ਹੈ। ਉਸਦਾ ਕੇਸ ਭਾਰਤੀ ਵਕੀਲ ਮੋਮਿਨ ਮਲਿਕ ਲੜ ਰਹੇ ਹਨ। ਮੋਮਿਨ ਨੇ ਇੱਕ ਨਿਊਜ਼ ਚੈਨਲ ਨੂੰ ਦੱਸਿਆ ਕਿ ਸੀਮਾ ਦਾ ਵਿਆਹ ਹੋਣ ਦਾ ਪਤਾ ਹੋਣ ਦੇ ਬਾਵਜੂਦ ਪੰਡਿਤ ਨੇ ਉਸਦਾ ਵਿਆਹ ਕਰਵਾ ਦਿੱਤਾ, ਇਸ ਲਈ ਉਸ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਵਿਆਹ ਦੇ ਵਿੱਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਨੂੰ ਵੀ ਸੰਮਨ ਜਾਰੀ ਕੀਤੇ ਗਏ ਹਨ ਅਤੇ ਹੁਣ ਇਸ ਮਾਮਲੇ ਦੇ ਵਿੱਚ ਸੁਣਵਾਈ 27 ਮਈ ਨੂੰ ਹੋਣੀ ਹੈ। ਪਿਛਲੇ ਮਹੀਨੇ ਸੀਮਾ ਨੂੰ ਉਸਦੇ ਪਾਕਿਸਤਾਨੀ ਪਤੀ ਤੋਂ ਵੱਡਾ ਝਟਕਾ ਲੱਗਾ ਹੈ। ਗੁਲਾਮ ਹੈਦਰ ਨੇ ਸੀਮਾ ਅਤੇ ਸਚਿਨ ਨੂੰ 3-3 ਕਰੋੜ ਰੁਪਏ ਦਾ ਨੋਟਿਸ ਭੇਜਿਆ ਸੀ। ਇਸ ਦੇ ਨਾਲ ਹੀ ਉਸਨੇ ਸੀਮਾ ਦੇ ਵਕੀਲ ਏਪੀ ਸਿੰਘ ਨੂੰ 5 ਕਰੋੜ ਰੁਪਏ ਦਾ ਨੋਟਿਸ ਵੀ ਭੇਜਿਆ। ਉਸਨੇ 1 ਮਹੀਨੇ ਦੇ ਅੰਦਰ ਇਸ ਲਈ ਮੁਆਫ਼ੀ ਮੰਗਣ ਦੇ ਲਈ ਕਿਹਾ ਸੀ ਅਤੇ ਅਜਿਹੇ ਦੇ ਵਿੱਚ ਹੁਣ ਉਸਦੀ ਪਟੀਸ਼ਨ ਸਵੀਕਾਰ ਕਰ ਲਈ ਗਈ ਹੈ ਅਤੇ ਵਕੀਲ ਮੋਮਿਨ ਨੇ ਦੱਸਿਆ ਕਿ ਗੁਲਾਮ ਹੈਦਰ ਕੋਲ ਸੀਮਾ ਦੇ ਖਿਲਾਫ਼ ਪੁਖਤਾ ਸਬੂਤ ਹਨ, ਉਹ ਗਵਾਹੀ ਦੇਣ ਦੇ ਲਈ ਪਾਕਿਸਤਾਨ ਤੋਂ ਭਾਰਤ ਵੀ ਆ ਸਕਦਾ ਹੈ। ਦੱਸ ਦਈਏ ਕਿ ਸੀਮਾ ਹੈਦਰ ਸੋਸ਼ਲ ਮੀਡੀਆ 'ਤੇ ਸਟਾਰ ਬਣ ਚੁੱਕੀ ਹੈ।
ਉਸ ਦੀਆਂ ਵੀਡੀਓਜ਼ 'ਤੇ ਲੱਖਾਂ ਵਿਊਜ਼ ਆਉਣੇ ਸ਼ੁਰੂ ਹੋ ਗਏ ਹਨ ਅਤੇ ਹੁਣ ਉਸਨੇ ਯੂਟਿਊਬ ਤੋਂ ਵੀ ਕਮਾਈ ਕਰਨੀ ਸ਼ੁਰੂ ਕਰ ਦਿੱਤੀ ਆ। ਉਹ ਪੀ ਐੱਮ ਮੋਦੀ ਅਤੇ ਸੀ ਐੱਮ ਯੋਗੀ ਨੂੰ ਆਪਣੇ ਵੱਡੇ ਭਰਾ ਕਹਿੰਦੀ ਆ ਅਤੇ ਜੈ ਸ਼੍ਰੀ ਰਾਮ ਅਤੇ ਰਾਧੇ ਰਾਧੇ ਦੇ ਨਾਲ ਵੀਡੀਓ ਦੀ ਸ਼ੁਰੂਆਤ ਕਰਦੀ ਹੈ। ਧਿਆਨਯੋਗ ਹੈ ਕਿ ਉਸਨੇ ਭਾਰਤੀ ਨਾਗਰਿਕਤਾ ਦੀ ਮੰਗ ਨੂੰ ਲੈ ਕੇ ਪਟੀਸ਼ਨ ਦਾਇਰ ਕੀਤੀ ਹੈ, ਹਾਲਾਂਕਿ ਹੁਣ ਉਸ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਨੇ। ਕਈ ਜਾਂਚ ਏਜੰਸੀਆਂ ਇਸ ਮਾਮਲੇ ਦੀ ਜਾਂਚ ਦੇ ਵਿੱਚ ਰੁੱਝੀਆਂ ਹੋਈਆਂ ਹਨ। ਬਿਊਰੋ ਰਿਪੋਰਟ, ਐਸ ਐਮ ਜੈੱਡ ਨਿਊਜ਼।